स्वागत है जी तुहाडा साडे चैनल ते। वीडियो नू लाइक करो ते इस लाल रंग दे बटन ते क्लिक करके सबसक्राइब कर लो साडे चैनल नू ते बैल आइकन नू भी प्रेस कर लो ताकि इदां दीआं वधिया वधिया वीडियोज़ तुहाडे तक सब तो पहलां पहुँच सकण। ਹਾਂ ਲੈ ਬੇਬੇ ਪੈਸੇ ਸਾਂਭ ਲਾ। ਆ ਪੁੱਤ 2-4 ਹਜ਼ਾਰ ਨੂੰ ਮੱਥੇ ਨਾਲ ਲਾ ਕੇ ਕੁਛ ਨਹੀਂ ਬਣਦਾ ਆਪਣਾ। ਮਹਿੰਗਾਈ ਦੇਖ ਲੈ ਕਿੰਨੀ ਹੋਈ ਪਈ ਹੈ। ਕੋਈ ਨਹੀਂ ਬੇਬੇ, ਫਿਕਰ ਨਾ ਕਰ। ਆ 2-2 ਹਜ਼ਾਰ ਇਕੱਠਾ ਕਰਕੇ ਹੀ ਨਾ ਤੈਨੂੰ ਇੱਕ ਦਿਨ ਕੁਛ ਐਸਾ ਕਰਕੇ ਦਿਖਾਊਂਗਾ, ਤੈਨੂੰ ਮਾਣ ਹੋਊਗਾ ਤੇਰੇ ਪੁੱਤ ਤੇ। ਅੱਛਾ, ਇਹੋ ਜਿਹਾ ਕੀ ਕਰੇਗਾ ਪੁੱਤ, ਚੱਲ ਦੇਖੂੰਗੀ ਮੈਂ। ਕੋਈ ਨਹੀਂ, ਚੱਲ ਹੁਣ ਬੇਬੇ ਮੈਨੂੰ ਭੁੱਖ ਲੱਗ ਰਹੀ ਆ, ਤੂੰ ਰੋਟੀ ਲਿਆ। ਚੱਲ ਠੀਕ ਹੈ ਪੁੱਤ, ਤੂੰ ਛੇਤੀ ਆਪਣਾ ਮੂੰਹ ਹੱਥ ਧੋ ਲੈ, ਮੈਂ ਪਾਉਂਦੀ ਹਾਂ ਰੋਟੀ। ਹਾਂ ਮੈਂ ਆ ਡਰੰਮ ਜਿਹੇ ਧੋ ਲੈਣ ਵਾਲੇ, ਤੂੰ ਲਿਆ ਜਾ ਰੋਟੀ ਪਾ। ਬੇਬੇ ਆਪਾਂ ਨੇ ਦੁੱਧ ਦੇ ਕੰਮ 'ਚ ਹੁਣ ਤੱਕ ਕਿੰਨੇ ਕੁ ਪੈਸੇ ਜੋੜ ਲਏ ਹੋਣੇ? ਉਹੀ ਆ 4 ਲੱਖ ਦੀ ਐਫਡੀ ਪੁੱਤ, ਜਿਹੜੀ ਐਸੀ ਕਰਾਈ ਸੀ ਸਿਆਲ 'ਚ। ਕਿਉਂ, ਕੀ ਗੱਲ ਹੋ ਗਈ? ਬੇਬੇ ਉਹ ਸਾਰੇ ਪੈਸੇ ਮੈਨੂੰ ਚਾਹੀਦੇ ਨੇ। ਕਿਉਂ, ਕੀ ਕਰਨਾ ਪੁੱਤ ਤੈਂ? ਬੇਬੇ ਮੈਂ ਨਾ ਦੁੱਧ ਦੇ ਕੰਮ ਦੇ ਨਾਲ ਨਾਲ ਬਿਜ਼ਨਸ ਵੀ ਕਰਨਾ ਆ। ਉਹ ਕੀ ਹੁੰਦਾ ਪੁੱਤ ਬਿਜ਼ਨਸ? ਮਤਲਬ ਬੇਬੇ ਮੈਨੇ ਕੱਪੜੇ ਦੀ ਦੁਕਾਨ ਖੋਲ੍ਹਣੀ ਆ ਵੱਡੀ। ਜਦੋਂ ਮੈਂ ਸ਼ਹਿਰ ਦੁੱਧ ਪਾਉਣ ਜਾਂਦਾ ਹੁੰਦਾ ਨਾ ਤਾਂ ਮੈਂ ਉੱਥੇ ਬਾਣੀਆਂ ਨੂੰ ਦੇਖਦਾ ਹੁੰਦਾ, ਜਿਹੜੇ ਕੱਪੜੇ ਵੇਚਦੇ ਨੇ, ਕੱਪੜੇ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੀਆਂ, ਉਹ ਕੱਪੜੇ ਦੇ ਸਿਰ 'ਤੇ ਰਾਜੇ ਬਣੇ ਬੈਠੇ ਨੇ। ਅਤੇ ਆਪਣੇ ਜੱਟਾਂ ਕੋਲ ਉਹੀ ਕੰਮ, ਜਾਂ ਖੇਤੀ ਕਰ ਲਓ ਜਾਂ ਦੂਜੀ ਬਣ ਜਾਓ। ਲੈ ਤੈਨੂੰ ਕੀ ਪਤਾ ਪੁੱਤ ਕੱਪੜੇ ਦੇ ਕੰਮ ਬਾਰੇ, ਜੇ ਨਾ ਚੱਲਿਆ ਘਾਟਾ ਪੈ ਗਿਆ ਫਿਰ। ਕੋਈ ਨਹੀਂ ਬੇਬੇ, 4 ਲੱਖ ਆ, ਡੁੱਬ ਗਿਆ ਦੇਖੀ ਜਾਊਗੀ। ਫਿਰ ਆਹ ਦੁੱਧ ਦਾ ਕੰਮ ਤਾਂ ਹੈਗਾ ਹੀ ਆ, ਇਹ ਤਾਂ ਕਰੀ ਹੋ ਜਾਵਾਂਗੇ। ਚੱਲ ਪੁੱਤ ਦੇਖ ਲੈ ਕਿਵੇਂ ਤੈਨੂੰ ਠੀਕ ਲੱਗਦਾ, ਤੇਰੇ ਹੀ ਪੈਸੇ ਨੇ, ਬਣਨਗੇ ਤਾਂ ਵੀ ਤੇਰੇ ਹੀ ਨੇ, ਘਟਣਗੇ ਤਾਂ ਵੀ ਤੇਰੇ ਹੀ ਨੇ ਪੁੱਤ। ਚੱਲ ਠੀਕ ਆ ਬੇਬੇ, ਮੈਂ ਚੱਲਦਾ, ਤੂੰ ਆ ਐਫਡੀ ਵਾਲੇ ਕਾਗਜ਼ ਕੱਢ ਕੇ ਰੱਖੀ, ਸ਼ਾਮ ਨੂੰ ਗੱਲ ਕਰਦੇ ਹਾਂ ਆਪਾਂ। ਚੰਗਾ ਪੁੱਤ, ਮੈਂ ਕੱਢ ਦੂੰਗੀ। ਉਹ ਚੱਲਿਆ ਪ੍ਰੋਫੈਸਰ ਕਾਲਜ ਨੂੰ? ਹਾਂ ਹਾਂ ਬਾਈ ਚੱਲਿਆ। ਜਿਵੇਂ ਤੂੰ ਆਪਣੀ ਡਿਊਟੀ ਦੁੱਧ ਪਾ ਕੇ ਕਰਦਾ, ਉਵੇਂ ਮੈਂ ਆਪਣੀ ਡਿਊਟੀ ਬੱਚੇ ਨੂੰ ਪੜ੍ਹਾ ਕੇ ਕਰਦਾ ਬਾਈ। ਸਹੀ ਕਿਹਾ ਬਾਈ, ਰੱਬ ਨੇ ਸਭ ਆਪੋ ਆਪਣੇ ਕੰਮ ਲਾਏ ਹੋਏ ਨੇ। ਹਾਂ ਹਾਂ ਬਾਈ, ਇਹ ਤਾਂ ਹੈ। ਬਾਈ ਯਾਰ ਇੱਕ ਗੱਲ ਪੁੱਛਣੀ ਸੀ ਤੈਨੂੰ। ਹਾਂ ਹਾਂ ਪੁੱਛ ਜੱਗੀ। ਬਾਈ ਤੈਨੂੰ ਕਾਲਜ 'ਚ ਕਿੰਨੇ ਕੁ ਦੇ ਦਿੰਦੇ ਨੇ ਇਹ ਪੈਸੇ? ਕਾਲਜ ਨਾ ਨਵਾਂ ਹੀ ਖੁੱਲਿਆ ਹਜੇ, ਹੈ ਤਾਂ ਪ੍ਰਾਈਵੇਟ ਆ, ਪਰ ਫਿਰ ਵੀ ਚਲੋ ਬਣੀ ਜਾਂਦਾ ਵਧੀਆ। ਫਿਰ ਵੀ ਕਿੰਨੇ ਕੁ ਦੇ ਦਿੰਦੇ ਨੇ? ਬਸ ਬਾਈ 12,000 ਬਣੀ ਜਾਂਦਾ। ਫਿਰ ਤਾਂ ਘੱਟ ਆ ਬਾਈ। ਹਾਂ ਹਾਂ ਘੱਟ ਤਾਂ ਹੈ। ਚੱਲ ਇੰਨਾ ਕਾ ਵੀ ਜੱਗੀ, ਵਧੀਆ ਕੰਮ ਲੱਗੇ ਹੋਏ ਆ, ਅੱਜ ਕੱਲ੍ਹ ਨੌਕਰੀਆਂ ਕਿੱਥੇ ਧਰੀਆਂ ਵੇ ਨੇ, ਆਪਣਾ ਵਧੀਆ ਟਾਈਮ ਪਾਸ ਹੋ ਜਾਂਦਾ। ਬਾਈ ਮੇਰੇ ਕੋਲ ਇੱਕ ਵਧੀਆ ਪਲਾਨ ਆ, ਮੈਂ ਨਾ ਸਮਾਣੇ ਕੱਪੜੇ ਦੀ ਦੁਕਾਨ ਖੋਲ੍ਹਣ ਬਾਰੇ ਸੋਚ ਰਿਹਾ, ਜਿਸ 'ਚ ਮੈਨੂੰ ਇੱਕ ਵਧੀਆ ਪਾਰਟਨਰ ਦੀ ਲੋੜ ਆ, ਜਿਹੜਾ ਪੜ੍ਹਿਆ ਲਿਖਿਆ ਹੋਵੇ ਜਿਵੇਂ ਤੂੰ ਆ। ਬਾਈ ਹੁਣ ਤੈਨੂੰ ਪਤਾ ਮੈਂ 8ਵੀਂ ਫੇਲ ਹਾਂ, ਪੜ੍ਹੇ ਲਿਖੇ ਬੰਦੇ ਦਾ ਬਹੁਤ ਫਰਕ ਪੈਂਦਾ ਯਾਰ ਜੇ ਨਾਲ ਹੋਵੇ। ਕੋਈ ਗੱਲ ਨਹੀਂ ਬਾਈ ਜੱਗੀ, ਜੇ ਤੂੰ ਮੇਰੇ ਵਾਸਤੇ ਪਾਰਟਨਰਸ਼ਿਪ ਲਈ ਆਇਆ ਤਾਂ ਕੋਈ ਚੱਕਰ ਨਹੀਂ, ਆਪਾਂ ਤਿਆਰ ਹਾਂ ਵੀਰੇ, ਤੂੰ ਕੰਮ ਕਰ। ਜੋਬ ਦਾ ਕਿਵੇਂ ਕਰੇਗਾ ਬਾਈ ਫਿਰ ਤੂੰ? ਉਹ ਕੋਈ ਗੱਲ ਨਹੀਂ, ਉਹ ਮੈਂ ਆਪਣੇ ਆਪ ਸੈਟਲ ਕਰ ਲੂੰਗਾ, ਤੂੰ ਬਸ ਕੰਮ ਖਿੱਚਾ। ਚੱਲ ਠੀਕ ਆ, ਫਿਰ ਕਰਦੇ ਹਾਂ ਆਪਾਂ ਤਿਆਰੀ। ਓਕੇ। ਕਿਵੇਂ ਆ ਬਾਈ, ਕਿਵੇਂ ਚੱਲਦੀ ਹੈ ਲਾਈਫ ਤੇਰੀ ਵਿਆਹ ਕਰਵਾ ਕੇ? ਬਸ ਠੀਕ ਹੈ ਯਾਰ। ਉਹ ਤੂੰ ਤਾਂ ਹੁਣੇ ਦੁਖੀ ਜਿਹਾ ਲੱਗਦਾ, ਹਲੇ ਤਾਂ 4 ਦਿਨ ਨਹੀਂ ਹੋਏ ਤੇਰੇ ਵਿਆਹ ਨੂੰ। ਬਸ ਯਾਰ ਐਵੇਂ ਹੋਇਆ।
ਉਹ ਨਾਲੇ ਤੂੰ ਤਾਂ ਕਹਿੰਦੀ ਤੈਨੂੰ ਵਿਆਹ 'ਚ ਬੁਲਟ ਮਿਲੂਗਾ, ਤੈਨੂੰ ਤਾਂ ਪਲਟੀਨਾ ਹੀ ਦਿੱਤਾ। ਉਹ ਸਾਲਾ ਅਸੀਂ ਤਾਂ ਦੁੱਖ ਲੱਗਾ ਮੈਨੂੰ ਵਿਆਹ ਕਰਾ ਕੇ। ਕੀ ਗੱਲ, ਪਹਿਲਾਂ ਗੱਲ ਨਹੀਂ ਕਰੀ ਦੀ? ਉਹ ਯਾਰ ਜਦ ਮੈਨੂੰ ਦੇਖਣ ਆਏ ਸੀ, ਮੇਰਾ ਸਹੁਰਾ ਮੈਨੂੰ ਪੁੱਛਦਾ ਕਹਿੰਦਾ ਤੈਨੂੰ ਕਿਹੜਾ ਮੋਟਰਸਾਈਕਲ ਪਸੰਦ ਹੈ। ਫਿਰ ਤੂੰ ਕੀ ਕਿਹਾ ਸੀ? ਭਾਈ ਮੈਂ ਕੀ ਕਹਿਣਾ, ਮੈਂ ਤਾਂ ਕਹਿਤਾ ਮੈਂ ਕਿਹਾ ਮੈਨੂੰ ਬੁਲਟ ਪਸੰਦ ਹੈ। ਮੈਨੂੰ ਤਾਂ ਐਂ ਸੀ ਬਾਈ ਵੋਲਟੇਜ ਦੇਣਗੇ, ਮੈਂ ਤਾਂ ਸਾਰੇ ਪਿੰਡ 'ਚ ਰੌਲਾ ਪਾਤਾ, ਸਾਲੀ ਬੇਇੱਜ਼ਤੀ ਹੋ ਗਈ। ਉਹ ਬੇਇੱਜ਼ਤੀ ਨੂੰ ਕੀ ਆ, ਜੋ ਦੇਤਾ ਠੀਕ ਆ, ਚੀਜ਼ਾਂ ਨਾਲ ਵੀ ਬੰਦਾ ਯਾਰ ਰੱਜਿਆ ਕਦੇ। ਉਹ ਨਹੀਂ ਬਾਈ, ਐਂ ਨਹੀਂ ਕਹਿੰਦਾ ਮੈਂ ਯਾਰ, ਮੈਨੂੰ ਪਲਟੀਨਾ ਹੀ ਨਹੀਂ ਪਸੰਦ ਸਾਲਾ, ਇਹਦੇ ਨਾਲ ਤਾਂ ਸਪਲੈਂਡਰ ਦੇ ਦਿੰਦੇ। ਫਿਰ ਹੁਣ ਕੀ ਕਰਨਾ ਬਾਈ? ਤੂੰ ਯਾਰ ਬੰਦਾ ਦੇਖ ਕੋਈ, ਇਹਨੂੰ ਵੇਚਣਾ ਯਾਰ ਮੈਂ, ਨਹੀਂ ਸਾਲੇ ਨੂੰ ਖੜੇ ਨੂੰ ਜਾਰੇ ਲੱਗ ਜੂ ਇਹਨੂੰ। ਉਹ ਕਮਲੇ ਸ਼ਗਨਾਂ ਦੀ ਚੀਜ਼ ਨਹੀਂ ਵੇਚਿਆ ਕਰਦੇ? ਉਹ ਨਹੀਂ ਯਾਰ ਬਾਈ, ਮੈਂ ਤਾਂ ਇਹਨੂੰ ਵੇਚਣਾ ਹੀ ਆ, ਨਹੀਂ ਤਾਂ ਜਾਰੇ ਲੱਗ ਜੂ ਖੜੇ ਨੂੰ। ਚੱਲ ਕੋਈ ਨਹੀਂ, ਦੱਸ ਦੂੰ ਜੇ ਕੋਈ ਹੋਇਆ, ਚੱਲ ਮਿਠਾਈ ਮਿਠੂਈ ਖਵਾ ਜਿਹੜੀ ਪਈ ਆ। ਚੱਲ ਆ ਜਾ ਬਾਈ, ਚੱਲੀਏ। ਜੱਗੀ ਬਾਈ ਵਧਾਈਆਂ ਤੈਨੂੰ, ਤੇਰੀ ਦੁਕਾਨ ਫੁੱਲ ਚੱਲੇ, ਸਾਰੀਆਂ ਦੁਕਾਨਾਂ ਫੇਲ ਹੋ ਜਾਣੇ ਤੇਰੀ ਦੁਕਾਨ ਦੇ ਅੱਗੇ। ਉਹ ਬਾਈ ਵਧਾਈਆਂ ਵਾਲੀ ਗੱਲ ਤਾਂ ਠੀਕ ਆ, ਪਰ ਆਪਾਂ ਕਿਸੇ ਨੂੰ ਫੇਲ ਕਰਨ ਵਾਸਤੇ ਬਿਜ਼ਨਸ 'ਚ ਨਹੀਂ ਉਤਰੇ, ਆਪਾਂ ਤਾਂ ਖੁਦ ਨੂੰ ਕਾਮਯਾਬ ਬਣਾਉਣ ਲਈ ਇਸ ਕੰਮ 'ਚ ਆਏ ਹਾਂ। ਹਾਂ ਹਾਂ ਬਾਈ, ਸਹੀ ਕਿਹਾ ਜੱਗੀ ਨੇ। ਚੱਲ ਜੱਗੀ, ਮੈਨੂੰ ਤਾਂ ਸਾਲੀ ਮੌਜ ਹੋ ਗਈ ਕੱਪੜੇ ਕੁੱਪੜੇ ਲੈ ਕੇ ਜਾਣ ਦੀ, ਮੈਨੇ ਕਿਹੜਾ ਪੈਸੇ ਦੇਣੇ ਨੇ, ਮਾਸੀ ਦਾ ਮੁੰਡਾ ਤੇਰੀ। ਉਹ ਮਾਸੀ ਦਾ ਮੁੰਡਾ ਤਾਂ ਠੀਕ ਆ, ਆਹ ਰਿਸ਼ਤੇਦਾਰੀ ਅਲੱਗ ਜਗ੍ਹਾ, ਪਰ ਆਪਾਂ ਨੇ ਬਿਜ਼ਨਸ ਅਲੱਗ ਜਗ੍ਹਾ ਰੱਖਣਾ ਆ। ਹਾਂ, ਹੁਣ ਤੈਨੂੰ ਡਿਸਕਾਊਂਟ ਕਰ ਦਿਆ ਕਰਾਂਗੇ। ਇਹਨਾਂ ਵੀ ਕੱਲੂ ਕੀ ਕਰ ਰਹੇ ਆ? ਕੁਛ ਨਹੀਂ ਕਰਦੇ ਬਾਈ, ਤੂੰ ਦੱਸ। ਯਾਰ ਮੈਨੂੰ ਮੋਟਰਸਾਈਕਲ ਦਵਾ ਕੇ ਲੈ ਕੇ ਆ ਨਵਾਂ ਕੱਲੂ। ਕਰੇਗਾ ਫਿਰ ਤਾਂ ਇੱਕ ਹੋਰ ਪਾਰਟੀ। ਹੋਰ ਯਾਰ, ਤੇਰੀ ਭਰਜਾਈ ਨੂੰ ਲੈਣ ਜਾਣਾ, ਆਹ ਦੂਜੀ ਵਾਲੀ ਆ ਮੇਰੇ ਕੋਲ ਯਾਰ, ਦੁੱਧ ਵਾਲਾ। ਫਿਰ ਪਹਿਲਾਂ ਕਿਵੇਂ ਜਾਂਦੀ ਭਰਜਾਈ ਨਾਲ ਸਹੁਰੇ? ਉਹ ਪਹਿਲਾਂ ਤਾਂ ਯਾਰ ਤੇਰੇ ਮੇਰੇ ਵਰਗੇ ਦਾ ਕਿਸੇ ਮੰਗ ਕੇ ਸਾਰ ਲੈਂਦੇ ਸੀ, ਜਾਂ ਬੱਸ ਨੂੰ ਵਗ ਜਾਂਦੇ ਸੀ। ਹੁਣ ਤੈਨੂੰ ਪਤਾ ਰੋਜ਼ ਰੋਜ਼ ਮੰਗਦੇ ਚੰਗੇ ਵੀ ਨਹੀਂ ਲੱਗਦੇ ਯਾਰ। ਚੱਲ ਕੋਈ ਗੱਲ ਨਹੀਂ, ਕਰਦੇ ਕੋਈ ਹੱਲ, ਤੂੰ ਕੱਲ੍ਹ ਫਿਰ ਫੋਨ ਕਰਕੇ ਦੇਖ ਲਈ। ਹਾਂ, ਮੈਂ ਤੈਨੂੰ ਕੱਲ੍ਹ ਨੂੰ ਫੋਨ ਕਰੂੰਗਾ, ਆਪਾਂ ਚੱਲਾਂਗੇ। ਠੀਕ ਆ। ਯਾਰ ਬੰਦਾ ਦੇਖ ਕੋਈ, ਇਹਨੂੰ ਵੇਚਣਾ ਯਾਰ ਮੈਂ, ਨਹੀਂ ਸਾਲੇ ਨੂੰ ਖੜੇ ਨੂੰ ਜਾਰੇ ਲੱਗ ਜੂ ਇਹਨੂੰ। ਜੱਗੀ ਬਾਈ, ਮੋਟਰਸਾਈਕਲ ਲੈਣਾ ਕਿਹੜਾ? ਉਹ ਤੈਨੂੰ ਕਾਹਦੇ ਵਾਸਤੇ ਨਾਲ ਲੈ ਕੇ ਜਾ ਰਿਹਾ, ਇਹ ਤਾਂ ਹੁਣ ਤੂੰ ਦੇਖ। ਇੱਕ ਮੇਰੀ ਨਿਗਾਹ 'ਚ ਖੜਾ ਮੋਟਰਸਾਈਕਲ, ਜਮੀ ਨਵਾਂ ਨਕੋਰ ਆ, ਨਾਲੇ ਅੱਧੇ ਰੇਟ 'ਤੇ ਬਣ ਜੂ। ਉਹ ਕਿਵੇਂ ਬਾਈ? ਉਹ ਯਾਰ, ਸਾਡੇ ਪਿੰਡ ਮੁੰਡੇ ਨੂੰ ਮਿਲਿਆ ਸੀ ਵਿਆਹ 'ਚ, ਪਰ ਉਹਨੂੰ ਹੈ ਨਹੀਂ ਪਸੰਦ, ਉਹ ਐਵੇਂ ਖੜਾ ਹੀ ਖੜੇ ਨੇ ਘਰੇ, ਨਾਲੇ ਚੱਲਿਆ 30-35 ਕਿਲੋਮੀਟਰ ਆ, ਨਾਲੇ ਅੱਧੇ ਰੇਟ 'ਚ ਬਣ ਜੂ। ਅੱਛਾ, ਫਿਰ ਕੋਈ ਨਹੀਂ, ਤੇਰੇ ਪਿੰਡ ਆ ਜਾਂਦਾ ਮੈਂ। ਆ ਜਾ, ਕੱਲ ਨੂੰ ਤੈਨੂੰ ਮੈਂ ਦਿਖਾ ਦਿੰਦਾ। ਚੱਲ ਕੱਲ ਨੂੰ ਮੈਂ ਤੇਰੇ ਪਿੰਡ ਆਊਂਗਾ, ਮੈਨੂੰ ਦਵਾ ਦੀ ਤੂੰ ਮੋਟਰ। ਠੀਕ ਹੈ, ਠੀਕ ਆ ਜਾ। ਓਕੇ, ਆ ਠੀਕ ਆ ਨਾ, ਮੋਸਮ ਵਧੀਆ ਲੱਗਦਾ। ਕੱਲ ਨੂੰ ਜਾਇਆ ਫਿਰ ਤੁਹਾਡੇ ਪਿੰਡ ਜਾਣਾ।
ਅਜਨਬੀ ਇੰਨਾ ਵਧੀਆ ਤਾਂ ਮੋਟਰਸਾਈਕਲ ਆ ਯਾਰ, ਇਹਨੇ ਕਾਹਤੋਂ ਵੇਚਤਾ? ਇਹਨੂੰ ਬਾਈ ਇੱਦਾਂ ਸੀ, ਮੈਨੂੰ ਮਿਲੂਗਾ ਵਿਆਹ 'ਚ ਬੁਲਟ, ਪਰ ਇਹਨੂੰ ਮਿਲ ਗਿਆ ਪਲਟੀਨਾ। ਇਹਨੇ ਸਾਰੇ ਪਿੰਡ 'ਚ ਪਾ ਦਿੰਦੀ ਰੌਲਾ, ਹੁਣ ਮੰਨਦਾ ਬੇਇੱਜ਼ਤੀ, ਬੇਇੱਜ਼ਤੀ ਦਾ ਮਾਰਾ ਵੇਚ ਰਿਹਾ ਹੁਣ। ਉਹ ਲਾ ਯਾਰ, ਇਹ 'ਚ ਬੇਇੱਜ਼ਤੀ ਨੂੰ ਕੀ ਆ, ਸ਼ਗਨਾਂ ਦੀ ਚੀਜ਼ ਆ, ਸ਼ਗਨਾਂ ਦੀ ਚੀਜ਼ ਨੂੰ ਕੌਣ ਵੇਚਦਾ ਹੁੰਦਾ ਯਾਰ? ਬਾਈ ਇਹ ਬੁਲਟ ਵਾਲੇ ਕੀੜੇ ਨੇ, ਇੰਨੇ ਸੌਖੇ ਨਹੀਂ ਮਰਦੇ। ਹਾਂ ਇਹ ਤਾਂ ਹੈ, ਹੁਣ ਮੇਰੇ ਖਿਆਲ 'ਚ ਪੈਸੇ ਪਾ ਕੇ ਬੁਲਟ ਹੀ ਲੈ ਕੇ ਆਊਗਾ। ਚੱਲ ਤੂੰ ਇਹਦੀ ਗੱਲ ਛੱਡ, ਤੂੰ ਪਾਰਟੀ ਹੋ ਗਈ ਤੇਰੀ, ਕਿ ਨਹੀਂ ਪਾਰਟੀ ਦੇ? ਹਾਂ ਕਰਦੇ ਆਪਾਂ ਪਾਰਟੀ। ਚੱਲ ਫਿਰ, ਚੱਲ ਚੱਲ। ਆ ਦੇਖ ਬੇਬੇ, ਤੇਰਾ ਪੁੱਤ ਮੋਟਰਸਾਈਕਲ ਲੈ ਆਇਆ ਨਵਾਂ। ਐਵੇਂ ਬੱਸਾਂ 'ਚ ਔਖੀ ਹੁੰਦੀ ਸੀ, ਹੁਣ ਤੈਨੂੰ ਮੋਟਰਸਾਈਕਲ 'ਤੇ ਲੈ ਕੇ ਜਾਇਆ ਕਰੂੰਗਾ ਮੈਂ। ਉਹ ਪੁੱਤ ਮੈਂ ਤਾਂ ਬੱਸਾਂ 'ਚ ਠੀਕ ਤੀ, ਪਹਿਲਾਂ ਤਾਂ ਸਾਰੇ ਪੈਸੇ ਖਰਚ ਲਏ, ਇੱਕ ਤਾਂ ਉੱਪਰ ਦੀ ਆਹ ਲੈ ਲਿਆ, ਹੁਣ ਤੈਂ ਤਾਂ ਪੁੱਤ ਆਪਣੇ ਖਰਚੇ ਵਧਾ ਲਏ। ਉਹ ਕੋਈ ਨਹੀਂ ਬੇਬੇ, ਜੇ ਖਰਚੇ ਵਧਣਗੇ ਕਮਾਈ ਵੀ ਤਾਂ ਹੀ ਵਧੂਗੀ। ਉਹ ਕਿਵੇਂ ਪੁੱਤ? ਦੇਖ ਬੇਬੇ, ਜਦੋਂ ਖਰਚੇ ਵਧਣਗੇ ਫਿਰ ਉਹ ਖਰਚਿਆਂ ਨੂੰ ਪੂਰੇ ਕਰਨ ਵਾਸਤੇ ਕੰਮ ਤਾਂ ਕਰਨਾ ਹੀ ਪਊਗਾ, ਫਿਰ ਜਦੋਂ ਕੰਮ ਵੱਧ ਹੋਊਗਾ ਕਮਾਈ ਆਪੇ ਵੱਧ ਹੋਊਗੀ। ਚੱਲ ਐਂ ਤਾਂ ਪੁੱਤ, ਮੈਨੂੰ ਪਤਾ ਮੇਰਾ ਪੁੱਤ ਸਿਆਣਾ ਬਥੇਰਾ ਲਾਇਕ ਹੈ ਬਹੁਤ, ਹੁਣ ਐਂ ਕਰ ਪੁੱਤ, ਤੂੰ ਨਾ ਵਧੀਆ ਬਣ ਕੇ ਰਿਹਾ ਕਰ, ਸੋਹਣੇ ਕੱਪੜੇ ਪਾ ਕੇ ਰੱਖਿਆ ਕਰ। ਉਹ ਕੋਈ ਨਹੀਂ ਬੇਬੇ, ਦੁੱਧ ਦਾ ਕੰਮ ਤਾਂ ਮੈਂ ਸਵੇਰੀ ਨਿਬੇੜ ਦਿਆ ਕਰੂੰਗਾ, ਫਿਰ ਟੌਰ ਨਾਲ ਸੱਜ ਕੇ ਜਾਇਆ ਕਰੂੰਗਾ ਦੁਕਾਨ 'ਚ। ਤੂੰ 11-12 ਵਜੇ ਤੱਕ ਤੇਰਾ ਕੰਮ ਨਿਬੜਦਾ, ਬਾਜ਼ਾਰ ਤਾਂ 9-10 ਵਜੇ ਖੁੱਲ੍ਹ ਜਾਂਦਾ। ਉਹ ਬੇਬੇ ਤੂੰ ਫਿਕਰ ਨਾ ਕਰ, ਮੇਰਾ ਦੂਜਾ ਸਾਥੀ ਹੈਗਾ, ਉਹ ਸਵੇਰੇ ਆ ਕੇ ਦੁਕਾਨ ਖੋਲ੍ਹ ਲੈਂਦਾ ਆ ਸੱਜਰੇ। ਚੱਲ ਫਿਰ ਤਾਂ ਠੀਕ ਹੈ ਪੁੱਤ, ਤੇਰੇ ਕੰਮ 'ਚ ਵਾਧਾ ਕਰੇ ਤੇਰਾ ਮੋਟਰਸਾਈਕਲ। ਉਹ ਪੁੱਤ ਪਾਣੀ ਪਿਲਾ ਦੇ ਬਾਬਿਆਂ ਨੂੰ, ਰੱਬ ਤੇਰਾ ਭਲਾ ਕਰੂਗਾ। ਆ ਲਓ ਬਾਬਾ ਜੀ ਪਾਣੀ। ਪੁੱਤ ਮੋਟਰਸਾਈਕਲ ਨਵਾਂ ਲਿਆ ਪਿਆ ਲੱਗਦਾ। ਹਾਂ ਬਾਬਾ ਜੀ, ਅੱਜ ਹੀ ਲਿਆ। ਇਹ ਪੁੱਤ ਮੋਟਰਸਾਈਕਲ ਤੇਰੇ ਲਈ ਬਹੁਤ ਭਾਗਾਂ ਵਾਲਾ ਹੋਊਗਾ, ਤੇਰੀ ਕਾਮਯਾਬੀ ਦੀ ਨਿਸ਼ਾਨੀ ਬਣੂਗਾ ਮੋਟਰਸਾਈਕਲ ਇਹ। ਠੀਕ ਹੈ ਬਾਬਾ ਜੀ। ਪੁੱਤ ਤੂੰ ਐਂ ਕਰ, ਬਾਬੇ ਨੂੰ 100 ਰੁਪਇਆ ਦੇ, ਤੇਰੇ 'ਤੇ ਕਿਰਪਾ ਬਣੀ ਰਹੂ ਬਾਬਿਆਂ ਦੀ। ਆ ਲੈ ਪੁੱਤ, ਜਿਉਂਦਾ ਰਹਿ। ਲੈ ਬਾਈ 50,000 ਆ, ਸਾਂਭ ਲਾ। ਬਾਈ ਜੱਗੀ, ਤੇਰਾ ਆਈਡੀਆ ਸੱਚੀਓ ਕੰਮ ਕਰ ਗਿਆ, ਰੱਬ ਨੇ ਵਧੀਆ ਸੁਣ ਲਈ ਆਪਣੀ, ਨਾਲੇ ਕੰਮ ਕਾਰ ਵੀ ਵਧੀਆ ਚੱਲ ਪਿਆ। ਉਹ ਹੋਰ ਬਾਈ, ਸੁਣਿਆ ਸੀ ਜੇ ਸੱਚੀਆਂ ਨੀਤਾਂ ਹੋਣ ਤਾਂ ਰੱਬ ਵੀ ਕੋਲ ਹੋ ਕੇ ਸੁਣਦਾ ਆ, ਅੱਜ ਦੇਖ ਵੀ ਲਿਆ। ਜੱਗੀ ਤੂੰ ਹੁਣ ਐਂ ਕਰ ਯਾਰ, ਤੂੰ ਨਾ ਦੁੱਧ ਵਾਲਾ ਕੰਮ ਛੱਡ ਦੇ ਆਪਣਾ। ਉਹ ਨਹੀਂ ਬਾਈ, ਇਹ ਕੰਮ ਥੋੜ੍ਹੀ ਛੱਡਦਾ ਮੈਂ, ਇਸ ਕੰਮ ਕਰਕੇ ਤਾਂ ਯਾਰ ਅੱਜ ਇੱਥੇ ਤੱਕ ਪਹੁੰਚਿਆ। ਨਹੀਂ ਨਹੀਂ ਯਾਰ, ਮੈਂ ਤੈਨੂੰ ਤਾਂ ਕਹਿੰਦਾ ਸੀ ਵੀ ਤੂੰ ਨਾ ਥੱਕ ਜਾਂਦਾ ਹੋਣਾ, ਨਾਲੇ ਇੱਥੇ ਕੰਮ ਸਾਂਭਦਾ, ਨਾਲੇ ਘਰਦਾ ਕਰਦਾ, ਨਾਲੇ ਦੁੱਧ ਦਾ ਉੱਪਰੋਂ। ਉਹ ਨਹੀਂ ਬਾਈ, ਮੈਂ ਕਿੱਥੇ ਥੱਕਦਾ, ਮੈਂ ਤਾਂ ਸਗੋਂ ਇੱਕ ਹੋਰ ਨਵਾਂ ਕੰਮ ਸ਼ੁਰੂ ਕਰਨ ਨੂੰ ਫਿਰਦਾ, ਜੇ ਤੈਂ ਹਿੱਸਾ ਪਾਉਣਾ ਤਾਂ ਦੱਸ। ਅੱਛਾ ਬਾਈ, ਉਹ ਨਾ ਨਾ ਬਾਈ, ਆਪਣੇ ਕੋਲ ਤਾਂ ਆਹੀ ਕੰਮ ਸੈੱਟ ਆ, ਮੈਥੋਂ ਨਹੀਂ ਹੋਰ ਜ਼ਿੰਮੇਵਾਰੀ ਚੱਕ ਹੁੰਦੀ। ਅੱਛਾ ਚੱਲ ਠੀਕ ਆ, ਉਹ ਦਿਖਾ ਮੁੰਡਿਆਂ ਨੂੰ ਉੱਧਰੋਂ, ਦਿਖਾ ਨਵੀਆਂ ਸ਼ਰਟਾਂ ਕੱਢ ਕੇ ਜਿਹੜਾ ਨਵਾਂ ਮਾਲ ਆਇਆ। ਬਾਈ ਜੱਗੀ ਹੁਣ ਤਾਂ ਛੱਡਦੇ ਖੈੜਾ ਇਹਦਾ, ਹੁਣ ਤਾਂ ਰੱਬ ਨੇ ਵਧੀਆ ਸੁਣ ਲਈ, ਕੋਠੀ ਤੇਰੀ ਪੈ ਗਈ, ਕਾਰ ਤੇਰੇ ਕੋਲ ਆ। ਉਹ ਬਾਈ ਇਹ ਤਾਂ ਮੇਰਾ ਅੱਲਾ ਦੀਨ ਦਾ ਚਿਰਾਗ ਆ, ਜਿਸ ਦਿਨ ਦਾ ਘਰ 'ਚ ਆਇਆ ਰੰਗ ਭਾਗ ਲਾ ਤੇ। ਬਾਈ ਐਵੀਂ ਵਹਿਮਾਂ ਪਰ ਮੱਝ ਨਹੀਂ ਪਈਦਾ, ਇਹਨੂੰ ਵੇਚ ਦੇ, ਐਵੀਂ ਲੋਹਾ ਇਕੱਠਾ ਕਰਕੇ ਕੀ ਫਾਇਦਾ। ਬਾਈ ਇੱਕ ਗੱਲ ਕਹਾਂ, ਤੂੰ ਮੈਥੋਂ ਬੜਾ ਆ, ਆਹ ਮੋਟਰਸਾਈਕਲ ਨੂੰ ਵੇਚਣ ਵਾਲੀ ਗੱਲ ਮੈਨੂੰ ਦੁਬਾਰਾ ਨਾ ਕਹਿ ਦੀ। ਉਹ ਬਾਈ ਜੱਗੀ ਤੂੰ ਤਾਂ ਗੁੱਸਾ ਹੀ ਕਰ ਗਿਆ ਯਾਰ। ਗੱਲ ਗੁੱਸਾ ਕਰਨ ਦੀ ਨਹੀਂ ਬਾਈ, ਮੇਰਾ ਮੋਟਰਸਾਈਕਲ ਮੇਰੇ ਲਈ ਸਭ ਕੁਛ ਆ। ਉਹ ਚੱਲ ਜੱਗੀ ਹੁਣ ਮੋਟਰਸਾਈਕਲ ਨਾ ਸਾਫ ਕਰੀ, ਚੱਲ ਨਾ ਲਾ ਮੇਰਾ ਵੀਰ, ਤਿਆਰ ਹੋ ਜਾ, ਫਿਰ ਦਿੱਲੀ ਤੋਂ ਸਟਾਕ ਚੱਕਣਾ, ਵਧੀਆ ਮਾਲ ਹੱਥੋਂ ਲੰਘ ਜਾਂਦਾ। ਚੱਲ ਠੀਕ ਆ, ਮੈਂ ਹੁਣ ਨਾ ਤਿਆਰ, ਤੂੰ ਵੀ ਜਾ ਕੇ ਤਿਆਰ ਹੋ ਜਾ, ਮੈਂ ਨਾ ਕੇ ਬਸ ਹੋ ਰਹੇ ਤਿਆਰ।
ਉਹ ਬਾਈ ਮੇਰਾ ਮੋਟਰਸਾਈਕਲ ਖੜਾ ਸੀ ਇੱਥੇ, ਦੇਖਿਆ ਤੈਨੇ? ਯਾਰ ਬਾਈ ਮੈਂ ਨਹੀਂ ਦੇਖਿਆ, ਇੱਕ ਪਹਿਲਾਂ ਚੋਰੀ ਹੋ ਗਿਆ, ਆਪਣੇ ਦੀ ਗੌਰ ਕਰ ਜਰਾ। ਹੋਣਾ ਤੇ ਹੋ ਗਿਆ, ਐਵੇਂ ਨਾ ਕਰ, ਹੁਣ ਨਵਾਂ ਲੈ ਲਈ ਮੋਟਰਸਾਈਕਲ। ਗੱਲ ਬੇਬੇ ਉਹ ਨਹੀਂ ਹੈਗੀ, ਤੈਨੂੰ ਵੀ ਪਤਾ ਉਹ ਆਪਣੇ ਲਈ ਕੀ ਸੀ। ਚੱਲ ਕੋਈ ਨਾ ਪੁੱਤ, ਫਿਕਰ ਨਾ ਕਰ। ਅੱਜ ਪੂਰਾ ਇੱਕ ਮਹੀਨਾ ਹੋ ਗਿਆ, ਪੁਲਿਸ ਕੰਪਲੇਨ ਕਰਾਈ ਦਾ ਵੀ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਤਾਂ ਹੁਣ ਡਰ ਜਿਹਾ ਲੱਗਣ ਲੱਗ ਗਿਆ। ਲੈ ਕਮਲਾ ਹੋ ਗਿਆ ਤੂੰ, ਐ ਨਹੀਂ ਕਰਦੇ ਹੁੰਦੇ ਪੁੱਤ। ਆਲੋ ਬਾਈ ਜੀ ਚਾਹ ਲਿਆਓ। ਉਹ ਬਾਈ ਤੂੰ ਬਾਬਾ ਨਹੀਂ ਹੈਗਾ? ਉਹ ਨਹੀਂ ਬਾਈ, ਮੈਂ ਕੋਈ ਬਾਬਾ ਬੂਬਾ ਨਹੀਂ। ਅੱਛਾ ਬਾਈ, ਸੌਰੀ ਯਾਰ, ਭੁਲੇਖਾ ਲੱਗ ਗਿਆ ਹੋਣਾ। ਕੋਈ ਨਹੀਂ ਵੀਰੇ, ਕੋਈ ਨਹੀਂ ਬਾਈ। ਤੁਹਾਡਾ ਪਿੰਡ ਰਾਜਗੜ੍ਹ ਨਹੀਂ ਵੀਰੇ? ਹਾਂ ਵੀਰੇ, ਮੈਂ ਰਾਜਗੜ੍ਹ ਤੋਂ ਹੀ ਹਾਂ। ਉਹ ਸਮਝ ਗਿਆ ਵੀਰੇ, ਮੈਂ ਤੁਹਾਨੂੰ ਕਿਵੇਂ ਭੁੱਲ ਸਕਦਾ। ਤੁਹਾਨੇ ਤਾਂ ਉਸ ਟਾਈਮ ਮੈਨੂੰ 100 ਰੁਪਏ ਦਿੱਤੇ ਸੀ, ਜਿਸ ਟਾਈਮ ਮੈਨੂੰ ਸਭ ਤੋਂ ਜ਼ਿਆਦਾ ਲੋੜ ਸੀ। ਉਹ ਬਾਈ ਤੂੰ ਇਸਦਾ ਮਤਲਬ ਬਾਬਾ ਨਹੀਂ ਹੈਗਾ? ਉਹ ਕੋਈ ਬਾਬਾ ਬੂਬਾ ਨਹੀਂ ਬਾਈ, ਜਦੋਂ ਮੈਂ ਤੁਹਾਡੇ ਲਵੇ 5-6 ਸਾਲ ਪਹਿਲਾਂ ਘਰ ਆਇਆ ਸੀ, ਉਸ ਟਾਈਮ ਮੇਰੇ ਹਾਲਾਤ ਇੰਨੇ ਮਾੜੇ ਸੀ ਕਿ ਮੇਰੇ ਲਵੇ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਸੀ, ਇਸੇ ਕਰਕੇ ਮੈਨੂੰ ਸਾਦਾ ਵਾਲਾ ਬਾਣਾ ਪਾ ਕੇ ਆਉਣਾ ਪਿਆ ਤੁਹਾਡੇ ਘਰੇ। ਉਹ ਬਾਈ ਫਿਰ ਤੈਨੂੰ ਉਹ ਗੱਲ ਐਵੇਂ ਕਹਿ ਦੀ ਸੀ ਮੋਟਰਸਾਈਕਲ ਵਾਲੀ ਵੀ ਵਾਧਾ ਕਰੂ, ਇਹ ਕਰੂ, ਉਹ ਕਰੂ। ਉਹ ਬਾਈ ਜਦੋਂ ਮੈਂ ਤੁਹਾਡੇ ਘਰੇ ਆਇਆ ਸੀ ਤਾਂ ਤੁਹਾਡੇ ਘਰ ਦਾ ਮਾਹੌਲ ਦੇਖ ਕੇ ਮੈਂ ਤਾਂ ਐਵੇਂ ਕਹਿਤਾ ਸੀ, ਪਰ ਬਾਈ ਤੇਰੀ ਉਸ ਗੱਲ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਸੱਚੀ ਉਹ ਬਦਲ ਗਈ ਸੀ। ਬਹੁਤ ਕਿਰਪਾ ਹੋਈ ਆ ਬਾਈ ਰੱਬ ਦੀ, ਅੱਜ ਸਭ ਕੁਛ ਆ ਮੇਰੇ ਕੋਲੇ। ਉਹ ਬਾਈ ਇਸ ਗੱਲ ਦਾ ਮੇਰੀ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਜੇ ਤੂੰ ਅੱਜ ਕੁਛ ਬਣਿਆ ਤਾਂ ਆਪਣੀ ਮਿਹਨਤ ਨਾਲ ਬਣਿਆ, ਤੇਰੀ ਮਿਹਨਤ ਹੀ ਤੇਰੀ ਕਾਮਯਾਬੀ ਦੀ ਨਿਸ਼ਾਨੀ ਆ। ਉਹ ਸੱਚ ਵੀਰੇ, ਆ ਲਓ ਆਪਣਾ 100 ਰੁਪਈਆ, ਤੁਹਾਡਾ ਬਹੁਤ ਧੰਨਵਾਦ ਜਿਹੜਾ ਉਸ ਦਿਨ ਤੁਹਾਨੂੰ ਮੇਰਾ ਭੁੱਖ ਦਾ ਢਿੱਡ ਭਰਿਆ। ਉਹ ਜਗਜੀਤ ਬਾਈ, ਵਧਾਈਆਂ ਤੈਨੂੰ ਨਵੀਂ ਕਾਰ ਦੀਆਂ, ਪਾਰਟੀ ਹੋ ਗਈ ਤੇਰੇ ਕਿ ਨਹੀਂ? ਹਾਂ ਹਾਂ ਜੱਗੀ, ਤੈਨੂੰ ਵੀ ਵਧਾਈਆਂ, ਪਾਰਟੀ ਵਾਲੀ ਗੱਲ ਕੋਈ ਨਹੀਂ, ਆਪਾਂ ਕਰ ਲਾਂਗੇ ਜਦੋਂ ਮਰਜ਼ੀ। ਬੱਚਾ, ਪਾਣੀ ਦਾ ਗਲਾਸ ਪਿਆ ਬਾਬਿਆਂ ਨੂੰ। ਹਾਂਜੀ ਹਾਂਜੀ ਬਾਬਾ ਜੀ, ਮੈਂ ਹੁਣੇ ਲੈ ਕੇ ਆਇਆ। ਆ ਲਓ ਬਾਬਾ ਜੀ। ਬੱਚਾ, ਗੱਡੀ ਨਵੀਂ ਲਈ ਲੱਗਦੀ ਹੈ। ਹਾਂ ਹਾਂ ਬਾਬਾ ਜੀ, ਅੱਜ ਹੀ ਲੈ ਕੇ ਆਏ ਹਾਂ। ਪੁੱਤਰਾ, ਇਹ ਗੱਡੀ ਇੱਕ ਦਿਨ ਤੇਰੇ ਲਈ ਕਾਮਯਾਬੀ ਦੀ ਨਿਸ਼ਾਨੀ ਬਣੂਗੀ, ਬਹੁਤ ਵਾਧਾ ਕਰੂਗੀ ਤੇਰੇ ਕੰਮ 'ਚ ਇਹ। ਅੱਛਾ ਬਾਬਾ ਜੀ। ਹਾਂ ਬੱਚਾ, ਇਹ ਪੁੱਤ ਮੋਟਰਸਾਈਕਲ ਤੇਰੇ ਲਈ ਬਹੁਤ ਭਾਗਾਂ ਵਾਲਾ ਹੋਊਗਾ, ਤੇਰੀ ਕਾਮਯਾਬੀ ਦੀ ਨਿਸ਼ਾਨੀ ਬਣੂਗਾ ਮੋਟਰਸਾਈਕਲ ਇਹ। ਲੈ ਪੁੱਤਰਾ, ਇੱਦਾਂ ਕਰ, 100 ਰੁਪਈਆ ਦੇ ਬਾਬਿਆਂ ਨੂੰ। ਪੁੱਤ ਤੂੰ ਐਂ ਕਰ, ਬਾਬੇ ਨੂੰ 100 ਰੁਪਈਆ ਦੇ, ਤੇਰੇ 'ਤੇ ਕਿਰਪਾ ਬਣੀ ਰਹੂ ਬਾਬਿਆਂ ਦੀ। ਹੈਲੋ ਬਾਬਾ ਜੀ, ਜਿਉਂਦਾ ਰਹੇ ਪੁੱਤਰਾ, ਜਿਉਂਦਾ ਰਹੇ। ਵਾਹ ਤਾਂ ਜੱਗੀ, ਜਮਾਂ ਤੇਰੇ ਵਾਲਾ ਸੀਨ ਹੋ ਗਿਆ ਓਏ। ਉਹ ਸਹੀ ਗੱਲ ਆ ਬਾਈ, ਪਰ ਉਹ ਬਾਈ ਵੀ ਮੈਨੂੰ ਸਹੀ ਉਹ ਕਹਿੰਦਾ ਸੀ, ਜੇ ਅੱਜ ਆਪਾਂ ਕਿਸੇ ਮੁਕਾਮ 'ਤੇ ਪਹੁੰਚੇ ਹਾਂ ਨਾ, ਤਾਂ ਸਿਰਫ ਆਪਣੀ ਮਿਹਨਤ ਕਰਕੇ ਪਹੁੰਚੇ ਹਾਂ, ਆਪਣੀ ਮਿਹਨਤ ਆਪਣੀ ਕਾਮਯਾਬੀ ਦੀ ਅਸਲ ਨਿਸ਼ਾਨੀ ਬਣੀ ਆ ਬਾਈ। ਸਹੀ ਗੱਲ ਆ ਬਾਈ,
ਆ ਜਾ ਚੱਲ ਚੱਲੀਏ ਉਸ ਰੱਬ ਤੇ ਨਹੀਂ ਹੁਣੇ ਆਪਾਂ ਦਬਦੇ ਹੌਸਲਾ ਮੈਨੂੰ ਨਾਲ ਖੜੇ ਮੇਰੇ ਆਰਾਹਾਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਫੋਰਾ ਬੈਟ ਦੀ ਵੈਬਸਾਈਟ ਨੂੰ ਜ਼ਰੂਰ ਚੈੱਕ ਕਰਿਓ ਬਹੁਤ ਵਧੀਆ ਵੈਬਸਾਈਟ ਆ ਅਤੇ ਤੁਸੀਂ ਬਹੁਤ ਆਸਾਨੀ ਨਾਲ ਪੈਸੇ ਕਮਾ ਸਕਦੇ ਹੋ ਅਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ ਫੈਮਿਲੀ ਨਾਲ ਸਭ ਨਾਲ ਅਤੇ ਜਿਨ੍ਹਾਂ ਨੇ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਲਾਲ ਬਟਨ ਨੂੰ ਦੱਬ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਆਊਗੀ ਉਸਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਅਤੇ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਨੂੰ ਲਵ ਯੂ ਆਲ